मिलके हम पंजाब को रंगला पंजाब बनाएंगे और बिजली के मामले में पंजाब को सरप्लस बनाएंगे। 24 घंटे बिजली रहती है जी, कोई दिक्कत नहीं बिजली से। सानू गरीबों का जीवन का स्तर जिहड़ा जीवन उच्चा पद्धर किवें चक सकते हैं, ये साडियां प्रायोरिटीज़ ने। मेरे ते यकीन तुसीं कीता तां यकीन रखियो, मैं तुहाडा यकीन कदे टुट्टण नहीं दूंगा। ਅੱਜ ਦਾ ਸੰਦੇਸ਼ ਤਾਂ ਜੀ ਇਹ ਆ ਕਿ 75ਵੇਂ ਗਣਤੰਤਰ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਜੀ, ਉੱਚੇ ਤੌਰ 'ਤੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਜੀ। ਔਰ ਅਸੀਂ ਮਾਨ ਸਰਕਾਰ ਜੋ ਸਾਡੇ ਸਰਦਾਰ ਪਵਨ ਸਿੰਘ ਮਾਨ ਦੀ ਸਰਕਾਰ ਹੈ, ਜਿਹਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਵੀ ਬੈਠੇ ਹੋ, ਸਾਡਾ ਜ਼ਿਲ੍ਹਾ ਪ੍ਰਸ਼ਾਸਨ ਸਾਰੇ, ਅਸੀਂ ਜਿਹੜਾ ਰੰਗਲਾ ਪੰਜਾਬ ਦਾ ਉਹਨਾਂ ਨੇ ਸੁਪਨਾ ਲਿਆ ਹੈਗਾ, ਔਰ ਉਹਦੇ ਵਾਸਤੇ ਦ੍ਰਿੜ ਸੰਕਲਪ ਹੈ ਔਰ ਲਗਾਤਾਰ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਔਰ ਜਿਸ ਤਰ੍ਹਾਂ ਮੈਂ ਆਪਣੇ ਸਪੀਚ ਦੇ ਵਿੱਚ ਵੀ ਕਿਹਾ ਸੀਗਾ, ਚਾਹੇ ਸਿਹਤ, ਸਿੱਖਿਆ, ਰੁਜ਼ਗਾਰ ਔਰ ਜਨਤਕ ਸੇਵਾਵਾਂ ਲੋਕਾਂ ਨੂੰ ਦੇਣਾ, ਔਰ ਵੱਧ ਤੋਂ ਵੱਧ ਜਿਹੜਾ ਹੈਗਾ ਪੰਜਾਬ ਨੂੰ ਅਗਾਂਹਵਧੂ ਸੂਬਾ ਹਮੇਸ਼ਾ ਸੀ, ਨੰਬਰ 1 ਸੂਬਾ ਸੀ, ਉਹਨੂੰ ਨੰਬਰ 1 ਔਰ ਦੇਸ਼ ਨੂੰ ਨੰਬਰ 1 ਉਹਦੇ ਵਾਸਤੇ ਅਸੀਂ ਜਿਹੜਾ ਲਗਾਤਾਰ ਜਿਹੜਾ ਕੰਮ। ਸਰ ਇੱਕ ਹੀ ਸਵਾਲ ਸਰ, ਉਹ ਹਾਸਪਿਟਲ ਦੀ ਹਾਲਤ ਅੱਜ ਤੋਂ 2 ਸਾਲ ਪਹਿਲਾਂ ਵੀ ਉਹ ਸੀ, MLA ਸਾਹਿਬ ਵੀ ਲਗਾਤਾਰ ਕਰ ਰਹੇ ਕੋਸ਼ਿਸ਼, ਡਾਕਟਰ ਜੀ ਨਹੀਂ ਹੈਗੇ ਸਰ, ਐਮਰਜੈਂਸੀ ਡਾਕਟਰ 11 ਚੋਂ 10 ਹੈ ਨਹੀਂ ਗੇ, ਐਨਥੀਸੀਆ ਦਾ ਡਾਕਟਰ ਹੈ ਨਹੀਂ, ਜਨਰਲ ਸਰਜਨ ਹੈ ਨਹੀਂ ਗੇ ਸਰ, ਹਾਲਾਤ ਉੱਥੇ ਖੜੇ ਨੇ। ਨਹੀਂ, ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਹੁਣ ਜਿਹੜੀਆਂ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲਾਂ 'ਚੋਂ, ਇਹ ਪਹਿਲੀ ਵਾਰੀ ਹੋਏਗਾ ਕਿ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਸਰਕਾਰੀ ਹਸਪਤਾਲਾਂ 'ਚੋਂ ਮਿਲਣਗੀਆਂ, ਜਿਹੜੀਆਂ ਨਹੀਂ ਵੀ ਹੋਣਗੀਆਂ ਉਹ ਹਸਪਤਾਲ ਦੇ ਅਸੀਂ ਉਹਨਾਂ ਨੂੰ ਬਜਟ ਵੀ ਦੇ ਦਿੱਤਾ, ਚਾਹੇ SMO ਹੋਣ, ਸਿਵਲ ਸਰਜਨ ਹੋਣ, ਇਹ ਇੱਕ ਨਵੇਕਲਾ ਉਪਰਾਲਾ ਹੈ। ਇਸੇ ਤਰ੍ਹਾਂ ਜਿਹੜੇ ਆਮ ਆਦਮੀ ਕਲੀਨਿਕ ਹੈ, ਇੱਕ ਰੈਵੋਲਿਊਸ਼ਨਰੀ ਹੈ, 604 ਤੁਹਾਡੇ ਵੀ ਹੈਗੇ ਆ, ਜਿੱਥੇ ਸਾਰੇ ਮਤਲਬ ਟੈਸਟ ਵੀ ਹੁੰਦੇ ਆ, ਦਵਾਈਆਂ ਵੀ ਹੁੰਦੀਆਂ, ਪਹਿਲਾਂ ਇੱਦਾਂ ਨਹੀਂ ਸੀਗਾ। ਇਸੇ ਤਰ੍ਹਾਂ ਜਿਹੜੀ ਹੁਣ ਫਰਿਸ਼ਤੇ ਸਕੀਮ ਆ ਰਹੀ ਆ, ਸੜਕ ਸੁਰੱਖਿਆ ਫੋਰਸ ਆ ਰਹੀ ਹੈ ਐਕਸੀਡੈਂਟ ਵਿਕਟਿਮ ਵਾਸਤੇ, ਸੋ ਬਹੁਤ ਸਾਰੇ ਜਿਹੜੇ ਸੈਕੰਡਰੀ ਕੇਅਰ ਦੇ ਵਿੱਚ ਆ, ਜਿਹੜੇ ਤੁਹਾਡੇ ਜਿਵੇਂ ਤੁਸੀਂ ਜ਼ਿਲ੍ਹਾ ਹਸਪਤਾਲ ਦਾ ਕਿਹਾ, ਇਹਨਾਂ ਦੇ ਵਾਸਤੇ ਅਸੀਂ ਨਵੀਆਂ ਭਰਤੀਆਂ ਕਰ ਰਹੇ ਹਾਂ ਜੀ, 1880 ਕਰ ਰਹੇ ਹਾਂ, ਔਰ ਜਿੰਨੀਆਂ ਸਰਵਿਸ ਜਿਹੜੀਆਂ ਸਾਡੇ ਕੋਲ ਨਹੀਂ ਆ, ਅਸੀਂ ਪ੍ਰਾਈਵੇਟ ਦੇ ਨਾਲ ਕੋਲੈਬੋਰੇਟ ਕਰਕੇ ਉਹਦੇ ਥਰੂ ਸਰਵਿਸ ਦੇਵਾਂਗੇ। ਸੋ ਬਹੁਤ ਸਾਰੇ ਨਵੇਂ ਉਪਰਾਲੇ ਕੀਤੇ ਜਾ ਰਹੇ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛੇ ਨਤੀਜੇ ਆਉਣਗੇ। ਸਰ ਤੁਸੀਂ ਸਿਹਤ ਨਾਲ ਸੰਬੰਧਿਤ ਹੋ, ਪਹਿਲਾਂ ਕਿਸੇ ਸਰਕਾਰ ਨੇ ਨਸ਼ਾ ਲਿਆਂਦਾ, ਕਿਸੇ ਨੇ ਮਤਲਬ ਉਤਾਇਆ, ਤੇ ਪਰ ਆਮ ਆਦਮੀ ਪਾਰਟੀ ਨੂੰ ਰੋਕਣ ਦਾ ਕਦੇ ਪਰ ਸਵਾਦ ਨਹੀਂ ਆਇਆ। ਸਰ ਫਰਿਸ਼ਤੇ ਨੂੰ ਥੋੜਾ ਐਕਸਪਲੇਨ ਕਰ ਦਿਓ, ਬੜਿਆ ਵੱਡਾ ਇਨੀਸ਼ੀਏਟਿਵ ਹੈ ਤੁਹਾਡੇ ਡਿਪਾਰਟਮੈਂਟ। ਹਾਂਜੀ, ਫਰਿਸ਼ਤੇ ਸਕੀਮ ਜਿਹੜੀ ਹੈਗੀ ਹੈ ਜੀ, ਇਹ ਦਿੱਲੀ ਦੇ ਵਿੱਚ ਬਹੁਤ ਸਕਸੈਸਫੁਲੀ ਚੱਲਦੀ ਹੈ, ਅਸੀਂ ਸਾਰੇ ਮਾਡਲ ਸਟੱਡੀ ਕਰਕੇ ਉਹਨੂੰ ਅਸੀਂ ਹੋਰ ਇੱਕ ਬੈਟਰ ਫਾਰਮ ਦੇ ਵਿੱਚ, ਉਹਦੇ ਵਿੱਚ ਕੀ ਆ ਕਿ ਜਦੋਂ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ, ਜਿਹੜਾ ਵੀ ਸੱਜਣ ਉੱਥੋਂ ਲੰਘ ਰਿਹਾ ਉਹਨੂੰ ਇਮੀਡੀਏਟਲੀ ਲੋਕਾਂ ਨੂੰ ਕੀ ਹੁੰਦਾ ਕਿ ਸਾਨੂੰ ਕੋਈ ਪੁਲਿਸ ਦੀ ਅਰੈਸਟਮੈਂਟ ਜਾਂ ਸਾਨੂੰ ਉੱਥੇ ਕਹਿਣਗੇ ਦਵਾਈ ਲੈ ਕੇ ਆਓ, ਸਾਡੇ ਕੋਲੋਂ ਸਵਾਲ ਪੁੱਛਣਗੇ, ਉਹ ਸਾਰਾ ਕੁਛ ਨਹੀਂ ਹੋਏਗਾ ਜੀ, ਉਹ ਚੱਕ ਕੇ ਉਹਨੂੰ ਨੀਅਰੈਸਟ ਹਸਪਤਾਲ ਜਿਹੜਾ ਨੇੜੇ ਦਾ ਹਸਪਤਾਲ ਹੋਏਗਾ, ਸਰਕਾਰੀ ਹੋਵੇ, ਪ੍ਰਾਈਵੇਟ ਹੋਵੇ, ਉੱਥੇ ਲੈ ਜਾਏਗਾ, ਔਰ ਉਹਨੂੰ ਫਰਿਸ਼ਤਾ ਕਹਾਂਗੇ ਅਸੀਂ ਜਿਹੜਾ ਉਹਨੂੰ ਹਸਪਤਾਲ ਪਹੁੰਚਾਏਗਾ, ਉਹਦਾ ਉਹਨੂੰ 2000 ਰੁਪਇਆ ਸਨਮਾਨ ਰਾਸ਼ੀ ਹੋਏਗੀ ਉਹਨਾਂ ਦੀ, ਤੇ ਉਹਨਾਂ ਨੂੰ ਜਿਵੇਂ 26 ਜਨਵਰੀ 15 ਅਗਸਤ ਦੇ ਉੱਤੇ ਸਨਮਾਨ ਪੱਤਰ ਵੀ ਦਿੱਤੇ ਜਾਣਗੇ ਜਿਹੜਾ ਬੰਦਾ ਹਸਪਤਾਲ ਪਹੁੰਚਾਏਗਾ।